ਅਸਲਾਮ ਅਲੈਕਮ ਬਾਈ ਜੀ, ਕੀ ਹਾਲ ਆ ਜੀ? ਉਮੀਦ ਕਰਦਾ ਮੇਰੇ ਸਾਰੇ ਬਾਈ ਖੈਰੀਅਤ ਨਾਲ ਹੋਣਗੇ ਜੀ, ਠੀਕ ਠਾਕ ਹੋਣਗੇ। ਮੀਆਂ ਚੰਨੂ ਗੱਲਾਂ ਮੰਡੀ 'ਚ ਮੌਜੂਦ ਆ ਜੀ, ਅਤੇ ਗੰਦਮ ਦਾ ਰੇਟ ਵੀਰਾਂ ਨਾਲ ਸ਼ੇਅਰ ਕਰਦੇ ਹਾਂ ਜੀ, ਅਤੇ ਨਾਲ ਵੀਰਾਂ ਨੂੰ ਹੰਦਲਾ ਐਗਰੀਕਲਚਰ ਦੇ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਬਾਈ ਜੀ, ਮਾਸ਼ਾਅੱਲਾ ਰੇਟ ਜਿਹੜਾ ਵਾ ਗੰਦਮ ਦਾ ਥੋੜ੍ਹਾ ਜਿਹਾ ਉੱਪਰ ਗਿਆ ਵਾ ਮਾਸ਼ਾਅੱਲਾ। ਅੱਜ ਦਾ ਜਿਹੜਾ ਮੀਆਂ ਚੰਨੂ ਗੱਲਾਂ ਮੰਡੀ ਦੇ ਵਿੱਚ ਰੇਟ ਆ ਜੀ, ਮਾਸ਼ਾਅੱਲਾ 2500 ਤੋਂ ਲੱਗ ਕੇ 2700 ਰੁਪਏ ਤੱਕ ਮਾਸ਼ਾਅੱਲਾ ਟਾਪ ਗੰਦਮ ਦਾ ਜਿਹੜਾ ਟਾਪ ਰੇਟ ਆ ਜੀ, ਅੱਛੀ ਗੰਦਮ ਦਾ 2700 ਰੁਪਏ ਮਾਸ਼ਾਅੱਲਾ ਅੱਜ ਦਾ ਰੇਟ ਆ। ਅਤੇ ਇਹ ਕਹਿ ਲਓ ਕਿ ਤਕਰੀਬਨ 2-250 ਰੁਪਏ ਮਾਸ਼ਾਅੱਲਾ ਇੱਕ ਹਫ਼ਤੇ ਦੇ ਹਿਸਾਬ ਨਾਲ ਉੱਪਰ ਗਿਆ ਵਾ ਰੇਟ। ਅਤੇ ਅੱਲਾ ਬਿਹਤਰ ਕਰੇਗਾ ਇਨਸ਼ਾਅੱਲਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਮਜ਼ੀਦ ਉੱਪਰ ਚਲਾ ਜਾਏ। ਅਤੇ ਬਾਕੀ ਜੇ ਅਗਰ ਤਿਲਾਂ ਦੀ ਗੱਲ ਕਰੀਏ, ਤਿਲਾਂ ਦਾ ਰੇਟ ਵੀ ਵੀਰਾਂ ਨਾਲ ਸ਼ੇਅਰ ਕਰ ਦਿੰਦੇ ਹਾਂ। ਤਿਲਾਂ ਦਾ ਜਿਹੜਾ ਨਾ ਜੀ ਰੇਟ ਇਸ ਤਰ੍ਹਾਂ ਵਾ ਕਿ ਜਿਹੜੇ ਤਾਂ ਤੇਲ ਬਹੁਤੇ ਲੱਗੇ ਹੋਏ ਆ ਬਾਰਿਸ਼ ਬੁਰਿਸ਼ ਵਾਲੇ ਆ, ਉਹ ਤਕਰੀਬਨ 6-7 ਹਜ਼ਾਰ ਤੋਂ ਸ਼ੁਰੂ ਹੁੰਦੇ ਆ, 8-9 ਹਜ਼ਾਰ ਤੱਕ ਸੇਲ ਹੋ ਜਾਂਦੇ ਆ 10 ਤੱਕ। ਜਿਹੜੇ ਅੱਛੇ ਤੋਂ ਅੱਛੇ ਤੇਲ ਆ ਭਾਈ ਜਾਨ, ਉਹ 12 ਹਜ਼ਾਰ ਤਕਰੀਬਨ 800-900 13 ਹਜ਼ਾਰ ਰੁਪਏ ਤੱਕ ਅੱਛੇ ਜਿਹੜੇ ਸਾਫ਼ ਸੁਥਰੇ ਤੇਲ ਆ ਉਹ ਫਰੋਖਤ ਹੁੰਦੇ ਪਏ ਆ ਮੀਆਂ ਚੰਨੂ ਗੱਲਾਂ ਮੰਡੀ 'ਚ। ਅਤੇ ਬਾਕੀ ਕਣਕ ਵੀ ਕਾਫ਼ੀ ਲੋਕ ਲੈ ਕੇ ਆ ਰਹੇ ਆ ਕਣਕ, ਅਤੇ ਤੁਹਾਡੇ ਇਲਾਕਿਆਂ ਦੇ ਵਿੱਚ ਕਣਕ ਦਾ ਰੇਟ ਕੀ ਆ ਬਾਈ ਜੀ, ਇਹ ਜ਼ਰੂਰ ਦੱਸਣਾ ਕਮੈਂਟ ਕਰਕੇ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਆਪਦਾ ਬਹੁਤ ਸਾਰਾ ਖਿਆਲ ਰੱਖਿਓ ਜੀ, ਅੱਲਾ ਹਾਫਿਜ਼।